ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਚੰਗੇ ਵਜਨ ਵਾਲੀ ਚੰਗੇ ਦੁੱਧ ਵਾਲੀ ਬੂਰੀ ਮੱਝ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਥਣ ਭਾਂਡੇ ਦੀ ਸਾਫ ਸੁਧਰੀ ਆ ਤੇ ਇੱਕ ਇਧਰ ਲਾਲ ਬਦਾਮੀ ਰੰਗ ਦੀ ਵਹਿੜ ਇਹ ਦੋਨਾਂ ਗੇ ਸੇਲ ਆ ਮੁੱਲ ਬਾਈ ਕਹਿੰਦਾ ਜੈ ਜੀ ਹੋਣਗੇ ਬਾਕੀ ਵੀਰ ਤੋਂ ਪੁੱਛ ਲੈਣਾ ਆਉ ਕਰਦੇ ਗੱਲਬਾਤ ਦੁੱਧ ਦੀ ਬਾਈ ਚੰਗੀ ਸਲੋਧਾ ਦਿੰਦਾ ਬਾਕੀ ਸੋਹਣੀ ਲੈਣਾ ਤੁਸੀਂ ਹਾਂਜੀ ਬਾਈ ਸਾਸੀਕਰ ਨਾਮ ਤੇ ਐਡਰੈਸ ਹਾਂ ਚਰਨਾਪਨ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਫੋਨ ਨੰਬਰ ਦਾ ਸੀ 9988568108 ਦੋ ਪਸ਼ੂ ਸਰ ਨੇ ਹਾਂਜੀ ਹਾਂਜੀ ਦੋ ਜੀ ਤੇ ਉਹ ਪਰਲੀ ਪਰਲੀ ਦਾ ਘਰੇ ਰੱਖੀ ਹੋਈ ਹੈ ਘਰੇ ਰੱਖੀ ਹੈ ਹਾਂਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਬੂਰੀ ਦਾ ਕਿੰਨਾ ਮਸੂਆ ਬੂਰੀਆਂ ਨੇ ਭਾਈ ਤੀਜਾ ਸੂਆ ਸੁਣਾ ਠੀਕ ਹੈ ਹਾਂਜੀ ਦੂਜੇ ਸੂਏ ਕਿੰਨਾ ਕਿ ਦੁੱਧ ਪਿਆ ਗਿਆ ਦੂਜੇ ਸੂਏ ਭਾਈ 10 ਕਿਲੋ 11 ਕਿਲੋ ਦੁੱਧ ਉਹਨਾਂ ਨੇ ਚੋਇਆ ਹੋਇਆ 10 11 ਕਿਲੋ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂ ਦਿਨ ਭਾਈ ਇਹ 12 ਲੈ ਜੂਗੀ 12 ਦਿਨ ਹਾਂਜੀ 10 ਤੋਂ 12 ਦਿਨ ਲੈ ਹੀ ਜਾਣੇ ਨੇ ਕੀ ਆ ਸਮੇਂ ਦੁੱਧ ਦੀ ਦੁੱਧ ਭਾਈ ਦੇ ਦੂਗੀ ਤਾਂ 10 11 ਕਿਲੋ ਤਾਂ ਦੇ ਹੀ ਦੇਣਾ ਪਿਛਲੇ ਜਿਵੇਂ ਇੰਨਾ ਸੀ ਕਿਉਂ ਦੇਣਾ ਜਈ ਸੇਵਾ ਵਧ ਕਰ ਲੂ ਠੀਕ ਨਾ ਵਧ ਕਰ ਦੂਗੀ ਬਾਕੀ ਦਾ ਖਰਾਕ ਦੇ ਸਰਤੇ ਹੁੰਦਾ ਦੋਸਤਾਂ ਸਹੀ ਹੈ ਕੱਢੀ ਹੈ ਬਾਹਰ ਨੂੰ ਦੋਸਤੋ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਬਾਈ ਕਹਿੰਦਾ ਬਾਕੀ ਦੁੱਧ ਅਗਲੇ ਦੀ ਸੇਵਾ ਤੇ ਹੁੰਦਾ ਪਰ ਦੁੱਧ ਬਾਈ ਕਹਿੰਦਾ 10 11 ਕਿਲੋ ਪਿਛਲੇ ਸੂਏ ਇਹਨੇ ਦਿੱਤਾ 10 11 ਕਿਲੋ ਕਹਿ ਕੇ ਦੇਣੀ ਇੰਨਾ ਪਿਆ ਜੂ ਬਾਕੀ ਇੰਨਾ ਕ ਦੁੱਧ ਪਿਉਣ ਦਾ ਹੱਕ ਵੀ ਬਣਦਾ ਤੇ ਕਈ ਭੈਣ ਭਰਾ ਐਵੇਂ ਹੀ ਕਹਿ ਦੇਣਗੇ 14 ਕਿਲੋ ਦਿੱਤਾ ਬਾਈ ਇਹਨੇ 18 ਕਿਲੋ ਦਿੱਤਾ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਦੁੱਧ ਦਾ ਝੂਠ ਮਾਰਦੇ ਆ ਜਿੰਨੀ ਕਿ ਚੀਜ਼ ਹੁੰਦੀ ਹੁਣ 19 ਕਿ ਦੱਸਿਆ ਕਰੋ ਹੁਣ ਬਾਈ ਕਹਿੰਦਾ 10 11 ਕਿਲੋ ਦੁੱਧ ਪਿਆ ਜੂ ਇੰਨਾ ਕ ਦੁੱਧ ਤਾਂ ਪੀਉਣ ਦਾ ਹੱਕ ਵੀ ਬਣਦਾ ਚੰਗੇ ਵਜਨ ਵਾਲੀ ਬੂਰੀ ਤੀਜਾ ਸੁਆ ਜਾਨ ਵਾਲੀ ਝੋਟੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਸੋਹਣਾ ਜਿੰਨਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਹਵਾਨਾ ਥਣਾ ਦੀ ਸਾਫ ਸੁਥਰੀ ਐ ਫੂਡ ਸ਼ੰਕ ਭੂਰਾਵਣੀ ਚਾਰੀ ਥਾਣਾ ਅੱਧੀ ਚਵਾਈ ਵਾਲੇ ਗੈਪ 'ਚ ਲੱਗੇ ਬਲਟੇ ਲੰਬੋਤ ਪਈਆਂ ਕੱਲੀ ਕੱਚੀ ਕੱਚੀ ਆ 10-12 ਦਿਨ ਬਾਈ 10 ਦਾ ਡੇਟ ਮੁਤਾਬਕ ਕੱਚੀ 10-10 ਦਿਨਾਂ ਦੀ ਕੱਚੀ ਮੰਨ ਲਓ 10 ਦਿਨਾਂ ਅਜ ਕਰਮਾਲੀ ਨੇ ਸੂ ਪੈਣਾ 8-10 ਦਿਨ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦ ਦਿਨ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਅੱਧੀ ਚਵਾਈ ਵਾਲੇ ਥਾਣ ਗੈਪ 'ਚ ਲੱਗੇ ਵਜਨ ਵਜਨ ਚੰਗਾ ਬਾਕੀ ਬੋਡੀ ਸਟਰਕਚਰ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 10-11 ਕਿਲੋ ਦੁੱਧ ਦਿੱਤਾ ਦੂਜੇ ਸੂਵੇ 10 11 ਕਹਿ ਕੇ ਬਾਈ ਕਹਿੰਦਾ ਦੇਣੀ ਆ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਬਾਈ ਕਹਿੰਦਾ ਵੱਧ ਸੇਵਾ ਕਰ ਲੋਗੇ ਹੋ ਸਕਦਾ 2 ਕਿਲੋ ਵੱਧ ਪਿਆ ਜੇ ਤੇ ਨਹੀਂ 10 11 ਕਿਲੋ ਤਾਂ ਦਰਮਿਆਨੀ ਸੇਵਾ ਤੇ ਇਹਨਾਂ ਆਰਾਮ ਨਾਲ ਦੇ ਹੀ ਜਾਣਾਂ ਨੇ ਮੁੱਲ ਸ਼ਰ ਨੇ ਬਾਈ ਜਾਇਜ ਆ ਜਮਾ ਦੇ ਦੇ ਮੋਲੋ ਬਾਈ 6000 ਦੀ ਦੇ ਦੇਾਂਗੇ 6000 ਦੀ ਹਾਂਜੀ ਹਾਂਜੀ ਪਈ ਜੇ ਆਪਣਾ ਤਾਂ ਸਿੰਗਲ ਥੋੜਾ ਸنگ ਹੀ ਖੁੱਲਾ ਨਹੀਂ ਅਗਲਾ ਤੁਹਾਨੂੰ ਪਤਾ ਹੀ ਆ ਪੂਰੀ ਦਾ 2 ਲੱਖ ਮਾਰ ਕੇ ਆ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਜਮਾ ਜੈਜ ਕੀਤਾ ਮੁੱਲ ਹਾਂ ਮਾਨਦਾਨ ਵੀ ਕਰ ਦਾਂਗੇ ਥੋੜਾ ਉਹਦਾ ਵੀ ਥੇ ਵੀ ਅੱਛਾ ਉਹ ਚ ਵੀ ਹੋ ਜੂ ਕਹੋ ਜੂ ਹਾਂ ਦਿਲ ਦਰਿਆ ਖੇਡਾਂ ਹਾਂਜੀ ਹਾਂਜੀ ਦੋਸਤੋ ਬਿਲਕੁਲ ਜੈਜ ਮੁੱਲ ਦੁੱਧ ਵੀ ਬਾਈ ਨੇ ਜਮਾ ਸਹੀ ਦੱਸਿਆ ਕਿ 10 11 ਕਿਲੋ ਪਿਆਜ ਇੰਨਾ ਪਿਉਣ ਦਾ ਹੱਕ ਵੀ ਬਣਦਾ ਤੇ ਮੁੱਲ ਵੀ ਜੈਜ ਹੀ ਆ 66000 ਵਿੱਚੋਂ ਫੇਰ ਵੀ ਬਾਈ ਕਾਂ ਦਾ ਮਾਣ ਕਰ ਦੂੰ ਬਾਈ ਕਹਿੰਦਾ ਜੇ ਸਿੰਗ ਕੁੰਡਾ ਹੁੰਦਾ ਤੇ ਜਿਹਦੇ ਮਰਜ਼ੀ ਘਰੇ ਖੜੀ ਹੁੰਦੀ ਅਗਲੇ ਨੇ ਸਵਾ ਲੱਖ ਮੰਗ ਲੈਣਾ ਸੀ ਪਰ ਹੁਣ ਵੀ ਜੇ ਇਹ ਕਿਸੇ ਹੋਰ ਵਪਾਰੀ ਦੇ ਘਰੇ ਖੜੀ ਹੁੰਦੀ 85-90 ਹਜ਼ਾਰ ਤਾਂ ਫੇਰ ਵੀ ਅਗਲੇ ਨੇ ਮੰਗ ਲੈਣਾ ਸੀ ਪਰ ਬਾਈ ਨੇ ਜਮਾਂ ਜਾਇਜ਼ ਮੁੱਲ ਕੀਤਾ 66000 ਉਹਦੇ ਜੋ ਵੀ ਮਾਨ ਤਾਨ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਜਾਇਜ਼ ਮੁੱਲ ਆ 66000 ਉਹਦੇ ਜੋ ਮਾਨ ਵੀ ਹੋ ਜੂ ਸਿਆਲੋ ਸਿਆਲ ਵਧੀਆ ਦੁੱਧ ਪਿਆ ਜੂ ਜੇ ਕੋਈ ਭੈਣ ਭਰਾ ਸਾਰਾ ਸੂਆ ਦੁੱਧ ਪੀ ਕੇ ਵੀ ਵੇਚਦਾ ਤਾਂ ਵੀ 55-57000 ਦੀ ਤਾਂ ਫੇਰ ਵੀ ਢੋਕੜ ਗੱਬਣ ਹੋ ਕੇ ਜਿਹਨੂੰ ਮਰਜ਼ੀ ਅਗਲਾ ਵੇਚਦੇ ਨੇ ਇਹਨੇ ਦੀ ਤਾਂ ਕਟਿਆਂ ਵਾਲੇ ਨੂੰ ਵੀ ਐ 66000 ਮੁੱਲ ਚੰਗੇ ਵਪਾਰੀ ਦੇ ਘਰੇ ਖੜੀ ਉਹਦੀ 85-90000 ਅਗਲੇ ਨੇ ਮੁੱਲ ਕਰਨਾ ਸੀ ਜੇ ਕੋਈ ਵਪਾਰੀ ਭੈਣ ਭਰਾ ਵੀ ਲੈ ਲੈਂਦਾ 10 ਆ ਬਾਰ 12 ਦਿਨ ਸਾਹਮ ਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮ ਵਾਲੀ ਵਧੀਆ ਖੁੱਲਾ ਮੁਨਾਫਾ ਦੇ ਜੂ ਤਿਆਰ ਹੋਈ 85-90000 ਦੀ ਐ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਦਾ ਬਾਈ ਦੂਜਾ ਸੁਆ ਹੂੰ ਇਹਨੇ 10 ਤੋਂ 12 ਡਣੀ ਇਹਨੇ ਲੈ ਜਾਣੇ ਆ ਉਹਨੇ ਹੀ ਨੇ ਲੈ ਜਾਣੇ ਉਹਨੇ ਹੀ ਲੈ ਜਾਣੇ ਬਾਈ ਦੁੱਧ ਦੁੱਧ ਬਾਈ ਦੇ ਦੂਗੀ ਇਹ 11 ਕਿਲੋ 12 ਕਿਲੋ ਇਹ ਵੀ ਦੇ ਦੂ ਜਾਇਜ਼ ਮੋਲੇ ਦਾ ਵੀ ਜਾਇਜ਼ ਮੋਲੇ ਦਾ ਆਪਾਂ 27000 ਰੁਪਏ ਮੋਲਾ 26 ਦੀ ਦੇ ਦਿਆਂਗੇ ਘਰੇ ਲੜਿਆ ਲੁੜਿਆ ਤਾਂ ਨਹੀਂ ਮੱਝ ਦਾ ਵੀ ਉਹਨਾਂ ਦੀ ਮਾਲ ਕੀਤਾ ਠੀਕ ਹੈ ਮੈਂ ਕਿਹਾ ਹੋਰ ਕੀ ਪਤਾ ਕਿ ਵੀਰਾਂ ਬੁੜੀਆਂ ਨਾਲ ਲੜਿਆ ਹੋਵੇ ਨਹੀਂ 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 ਲੜਨਾਂ ਦਾ ਕਸੂਰ ਠੀਕ ਹੈ ਕੱਢ ਬਾਹਰ ਫਿਰ ਇਹਨੂੰ ਦੋ ਨੰਬਰ ਵੀ ਬਾਈ ਕਹਿੰਦਾ 27000 ਦੀ ਦੇ ਦੇਣੀ ਆ ਵਿੱਚੋਂ 1000 ਛੱਡ ਦੂ ਬਾਈ ਕਹਿੰਦਾ 26000 ਦੀ ਦੇ ਦੂ ਮੈਂ ਤਾਂ ਤਾਂ ਹੀ ਕਿਹਾ ਕਈ ਵਾਰਾ ਹੁੰਦਾ ਕਿ ਘਰੇ ਕੋਈ ਉੰਨੀ ਕੀ ਹੋ ਜੇ ਪੱਠੇ ਕੋਣ ਵਾਲਾ ਨਾ ਹਾਂ ਤੇ ਪੱਠੇ ਪੈਂਦੇ ਨਾ ਹੁਣ ਤੇ ਘਟ ਜਾ ਮੁੱਲ ਕਰਕੇ ਕਿ ਫੜਾਓ ਪਰੇ ਆਪੇ ਕਰਦਿਆਂ ਨੂੰ ਪਤਾ ਲੱਗੂਗਾ ਕਿਹਨੇ ਤਾਂ ਵੇਚ ਤੀਆਂ ਪਰ ਬਾਈ ਕਹਿੰਦਾ ਲੜੇ ਲੋੜੇ ਹੈ ਨਹੀਂਗੇ ਕੋਈ ਗੱਲ ਨਹੀਂ ਉਦਾਂ ਦੀ ਆਪਾਂ ਮੁੱਲ ਲਈ ਬਾਈ ਕਹਿੰਦਾ ਜਾਇਜ ਹੀ ਕੀਤੇ ਆ 26000 ਦੀ ਦੇ ਦੇਣੀ ਆ 11 12 11 12 ਬਾਈ 10 ਜਿੱਥੇ ਦੁੱਧ ਪਿਆ ਜੂ ਦੁੱਧ ਵੀ ਮੱਝਾਂ ਵਰਗਾ ਹੋਊਗਾ ਸਾਈ ਵਾਲ ਤੇ ਜਰਸੀ ਦਾ ਮੈਕਸ ਜਿਆ ਲਾਲ ਬਦਾਮੀ ਰੰਗ ਦੀ ਵਹਿੜ ਹੈ 11 12 ਕਿਲੋ ਦੁੱਧ ਪਿਆ ਜੂ 11 ਕਿਲੋ ਹੀ ਮੰਨ ਲਓ 27000 ਦੀ ਫਿਰ ਅਹੀਂ ਨੇ ਦੁੱਧ ਵਾਲੀ ਵਹਿੜ ਦਿੰਦਾ ਵੀ ਕੌਣ ਦੁੱਧ ਦੇਦਾ ਵੀ ਮੱਝਰ ਗਈ ਹੋਣਾ ਸੀਲ ਫੁੱਲ ਹੈ ਆ ਤੁਸੀਂ ਵੇਖ ਲਓ ਥਣ ਚਾਰ ਹੀ ਹੱਥ ਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਹਲੇਵਾ ਲਾਹੂ ਬਹੁਤ ਕਿਉਂਕਿ ਵਾਲ ਢੱਲ ਲਪਾਈਆਂ ਬਹੁਤ ਹੈ ਦਿਨ 10 ਲੈ ਜਾਣੇ ਨੇ ਦਸਾਂ ਦਿਨਾਂ ਤੱਕ ਸਾਰੀ ਵਾਲ ਢੈਲ ਕੱਢ ਕੇ ਸੂ 11 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆ ਜੂ ਪਵਾ 10 ਹੀ ਮੰਨ ਲਓ ਇਹਦਾ ਦੁੱਧ 26000 ਦੀ 25 26000 ਦੀ 10 ਕਿਲੋ ਦੁੱਧ ਵਾਲੀ ਵੇੜ ਦਿੰਦਾ ਵੀ ਕੋਣਾ ਇਹ ਕਿਹੜਾ ਕੋਈ ਐਫ ਨਸਲ ਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਜਰਸੀ ਤੇ ਸਾਈਵਾਲ ਦਾ ਮਿਕਸ ਹੈ ਜਰਸੀ ਦਾ ਵੀ ਦੁੱਧ ਮੱਝਾਂ ਵਰਗਾ ਹੁੰਦਾ ਤੇ ਸਾਈਵਾਲ ਦਾ ਵੀ ਮੱਝਾਂ ਵਰਗਾ ਹੁੰਦਾ ਇਹ ਨਹੀਂ ਨਹੀਂ ਆਉਂਦਾ ਬਾਈ ਬੱਚੀਆਂ ਦੇਈ ਜਾਂਦੇ ਯਾਰ ਹਾਂ ਇਹ ਹਾਂ 15 15 20 20000 ਦੀਆਂ 22 20000 ਦੀਆਂ ਤਾਂ ਬੱਚਿਆਂ ਆਉਸਰ ਵੜਾ ਵੀ ਕੀ ਜਾਂਦੀਆਂ ਪਰ ਬਾਈ ਨੇ ਜਮਾ ਲੈਣ ਦੇਣ ਵਾਲੀ ਮੁੱਲ ਕੀਤੇ ਆ ਵੜ 26000 ਦੀ ਦੇ ਦੇਣੀ 11 ਕਿਲੋ ਵਾਂਗੂ ਦੁੱਧ ਪਿਆ ਜੂ ਤੇ ਬੂਰੀ ਤੀਜਾ ਸੁਹਾ ਝੋਟੀ ਇਹ ਬਾਈ ਕਹਿੰਦਾ ਦੇ ਦੇਣੀ ਆਪਾਂ 66000 ਦੀ 85 90000 ਦੀ ਝੋਟੀ ਆ ਤਿਆਰ ਹੋਈ ਹੁਣ ਵੀ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਹੁਣ ਵੀ ਅਗਲੇ ਨੇ 85000 ਹੀ ਕਰਨਾ ਸੀ 65 66000 ਦੀ ਕੌਣ ਦੇਣਾ 10 11 ਕਿਲੋ ਦੁੱਧ ਵਾਲੀ ਮੱਝ ਬਾਕੀ ਇਹ ਕਿਹੜਾ ਕੋਈ ਬੁੱਢੀ ਆ ਤੀਜਾ ਸੁਹਾ ਵਧੀਆ 57 ਸਵੇਰੇ ਹਜੇ ਨੇ ਦੁੱਧ ਪਿਆ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੈਂਡ ਲੰਗੇ ਆ ਨਵਾਂ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਿਲਕੁਲ ਸਸਤੇ ਮੁੱਲ ਦੇ ਦੋ ਪਸ਼ੂ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਨੰਬਰਾਂ ਤੇ ਸੰਪਰਕ ਕਰਨ ਲਈ ਸਸਿਕਾ